ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਰਾਤ ਦਾ ਵਕਤ ਹੈ ਅਤੇ ਸਮੁੰਦਰ ਦੇ ਕਿਨਾਰੇ ਜ਼ਮੀਨ 'ਤੇ ਇੱਕ ਰਾਜਾ ਬੈਠਾ ਹੈ। ਉਹ ਰੋ ਰਿਹਾ, ਸਿਰ 'ਤੇ ਤਾਜ ਹੈ ਅਤੇ ਅੱਖਾਂ ਵਿੱਚ ਹੰਝੂ ਭਰੀ ਬੈਠਾ ਹੈ। ਇਹ ਰਾਜਾ ਇੱਕ ਸੰਗਲਦੀਪ ਦਾ ਰਾਜਾ ਹੈ ਅਤੇ ਇਹਦਾ ਨਾਮ ਸ਼ਿਵਨਾਭ ਹੈ। ਇਹਨੂੰ ਕੋਈ ਸਿੱਖ ਗੁਰੂ ਨਾਨਕ ਜੀ ਬਾਰੇ ਦੱਸ ਗਿਆ ਸੀ, ਤਦ ਤਾਂ ਲੈ ਕੇ ਇਹ ਬਾਵਰਾ ਹੋ ਕੇ ਪ੍ਰੇਮ ਵਿੱਚ ਉਹਨਾਂ ਨੂੰ ਲੱਭ ਰਿਹਾ। ਇਹਨੇ ਅੱਜ ਤੱਕ ਗੁਰੂ ਨਾਨਕ ਜੀ ਨੂੰ ਦੇਖਿਆ ਤਾਂ ਨਹੀਂ ਹੈ, ਪਰ ਪ੍ਰੇਮ ਬਹੁਤ ਹੈ। ਸਾਰਾ ਦਿਨ ਵੈਰਾਗ 'ਚ ਰੋਂਦਾ ਰਹਿੰਦਾ ਅਤੇ ਗੁਰੂ ਨਾਨਕ ਜੀ ਦੇ ਦਰਸ਼ਨ ਦਿਓ ਦਰਸ਼ਨ ਦਿਓ ਬੋਲਦਾ ਰਹਿੰਦਾ। ਇੰਨੇ ਚਿਰ ਨੂੰ ਰਾਜਾ ਉੱਥੋਂ ਉੱਠਦਾ ਅਤੇ ਸਿਪਾਹੀਆਂ ਦੀ ਪਾਲਕੀ ਤਿਆਰ ਖੜ੍ਹੀ ਹੈ। ਰਾਜਾ ਵਿੱਚ ਬੈਠ ਕੇ ਵਾਪਿਸ ਮਹਿਲ 'ਚ ਆ ਗਿਆ, ਪਰ ਸਾਰਾ ਦਿਨ ਚੁੱਪ ਰਹਿੰਦਾ, ਨਾ ਗਾਉਣ ਦੇਖਦਾ, ਨਾ ਸ਼ਤਰੰਜ ਖੇਡਦਾ ਅਤੇ ਨਾ ਹੀ ਕਿਸੇ ਹੋਰ ਕੰਮ ਵੱਲ ਜਾਂਦਾ। ਰਾਣੀ ਨਾਲ ਵੀ ਕੋਈ ਗੱਲ ਨਹੀਂ ਕਰਦਾ। ਇੱਕ ਰਾਤ ਰੋਜ਼ ਦੀ ਤਰ੍ਹਾਂ ਰਾਜਾ ਸਮੁੰਦਰ ਕਿਨਾਰੇ ਬੈਠ ਰੋ ਰਿਹਾ ਸੀ ਅਤੇ ਬਾਬਾ ਨਾਨਕ ਜੀ ਨੂੰ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਸੀ। ਰਾਣੀ ਵੀ ਕੋਲ ਬੈਠੀ ਸੀ। ਤਦ ਇੱਕ ਸਿਪਾਹੀ ਆਇਆ ਅਤੇ ਕਿਹਾ, ਰਾਜਾ ਆਪ ਦੇ ਉਸ ਸੁੱਕੇ ਬਾਗ ਵਿੱਚ ਇੱਕ ਫਕੀਰ ਆ ਕੇ ਬੈਠਾ ਅਤੇ ਆਪਣੇ ਆਪ ਨੂੰ ਨਾਨਕ ਸ਼ਾਹ ਫਕੀਰ ਦੱਸਦਾ ਹੈ। ਬਸ ਇਹ ਗੱਲ ਸੁਣਨ ਦੀ ਦੇਰ ਸੀ, ਰਾਜਾ ਭੱਜ ਕੇ ਉੱਠ ਗਿਆ। ਨੰਗੇ ਪੈਰ, ਨਾ ਕੋਈ ਪਾਲਕੀ, ਨਾ ਸਿਪਾਹੀ, ਨਾ ਤਾਜ। ਰਾਣੀ ਵੀ ਮਗਰ ਭੱਜਦੇ ਅਤੇ ਸਿਪਾਹੀ ਵੀ। ਰਾਜਾ ਭੱਜਦਾ ਭੱਜਦਾ ਬਾਗ 'ਚ ਗਿਆ, ਦੇਖਿਆ ਬਾਗ ਵਿੱਚ ਇੱਕ ਫਕੀਰ ਬੈਠਾ ਸੀ। ਉਹਨੇ ਰਾਜਾ ਨੇ ਜਾ ਕੇ ਚਰਨਾਂ 'ਚ ਡਿੱਗਿਆ ਅਤੇ ਰੋਈ ਜਾਵੇ। ਫਕੀਰ ਨੇ ਚੁੱਕ ਕੇ ਰਾਜਾ ਨੂੰ ਬਿਠਾ ਲਿਆ। ਰਾਜਾ ਅਤੇ ਰਾਣੀ ਨੇ ਦਿਲ ਨੂੰ ਕੋਈ ਸਵਾਦ ਜਿਹਾ ਨਾ ਆਇਆ ਦਰਸ਼ਨ ਕਰਕੇ। ਜਿਸ ਤਰ੍ਹਾਂ ਦਾ ਉਹਨਾਂ ਨੇ ਸੋਚਿਆ ਸੀ, ਰਾਜਾ ਮਹਿਲ ਵਾਪਿਸ ਆ ਗਿਆ। ਰਾਣੀ, ਸਵਾਮੀ ਸੱਚ ਦੱਸਾਂ ਤਾਂ ਬਾਬਾ ਨਾਨਕ ਜੀ ਨਹੀਂ ਨੇ, ਇਹ ਤਾਂ ਕੋਈ ਪਖੰਡੀ ਹੈ। ਰਾਜਾ, ਮੈਨੂੰ ਵੀ ਇਹ ਲੱਗਦਾ, ਕਿਉਂਕਿ ਜੋ ਆਨੰਦ ਮੈਨੂੰ ਨਾਨਕ ਨਾਮ ਲੈਣ 'ਚ ਆਉਂਦਾ, ਇੰਨਾ ਆਨੰਦ ਤਾਂ ਦਰਸ਼ਨ ਕਰਕੇ ਵੀ ਨਹੀਂ ਆਇਆ। ਪਤਾ ਕਰੋ ਕਿ ਇਹ ਪਖੰਡੀ ਕੌਣ ਹੈ। ਰਾਣੀ ਨੇ ਉਸ ਫਕੀਰ ਨੂੰ ਕਈ ਤਰ੍ਹਾਂ ਦੇ ਪਦਾਰਥ ਭੇਜੇ ਅਤੇ ਰਾਤ ਉਹਦੇ ਲਈ ਮਹਿਲ ਦੀਆਂ ਸਭ ਸੇਵਾਵਾਂ ਸਭ ਕੁਝ ਭੇਜਿਆ ਅਤੇ ਫਕੀਰ ਦਾ ਅਸਲੀ ਪਖੰਡ ਰੂਪ ਸਾਹਮਣੇ ਆ ਗਿਆ। ਅਸਲ ਵਿੱਚ ਇਹ ਗੱਲ ਸਾਰੇ ਦੇਸ਼ ਨੂੰ ਪਤਾ ਸੀ ਕਿ ਰਾਜਾ ਕਿਸੇ ਬਾਬਾ ਨਾਨਕ ਜੀ ਨਾਮ ਦੇ ਫਕੀਰ ਨੂੰ ਬਹੁਤ ਪ੍ਰੇਮ ਕਰਦਾ। ਇਸ ਲਈ ਪਖੰਡੀ ਲੋਕ ਪੈਸੇ ਦੇ ਲਾਲਚ 'ਚ ਆਪਣਾ ਨਾਮ ਨਾਨਕ ਦੱਸ ਕੇ ਰਾਜਾ ਕੋਲ ਆਉਣ ਲੱਗ ਪਏ। ਇਸ ਗੱਲ ਦਾ ਰਾਜੇ ਦਾ ਦਿਲ ਟੁੱਟ ਗਿਆ। ਉਹਨੂੰ ਆਪਣੇ ਇੱਕ ਸਿਆਣੇ ਮੰਤਰੀ ਨੂੰ ਕਿਹਾ ਕਿ ਜੋ ਵੀ ਆਪਣਾ ਨਾਮ ਨਾਨਕ ਦੱਸਦਾ ਹੈ ਉਹਨੂੰ ਮੇਰੇ ਨਾਲ ਨਾ ਮਿਲਾਓ, ਪਹਿਲਾਂ ਉਹਨੂੰ ਪਰਖੋ ਚੰਗੀ ਤਰ੍ਹਾਂ। ਜੇ ਉਹ ਸੱਚਮੁੱਚ ਗੁਰੂ ਨਾਨਕ ਜੀ ਹੋਏ ਤਾਂ ਪਰਖਣ 'ਚ ਮੈਂ ਉਸ ਤੋਂ ਆਪੇ ਹੀ ਮਿਲਾਂਗਾ। ਮੈਨੂੰ ਪਤਾ ਆਪਣੇ ਗੁਰੂ ਜੀ ਦੀ ਇਸ ਤਰ੍ਹਾਂ ਪਰਖ ਲੈਣਾ ਗਲਤ ਹੈ, ਪਰ ਮੈਂ ਮਜਬੂਰ ਹਾਂ, ਹੋਰ ਕੋਈ ਰਸਤਾ ਨਹੀਂ ਹੈ। ਇਸ ਤੋਂ ਬਾਅਦ ਫਕੀਰ ਆਏ ਜੋ ਆਪਣੇ ਆਪ ਨਾਨਕ ਦੱਸ ਰਹੇ ਸੀ, ਪਰ ਮੰਤਰੀ ਦੀ ਪ੍ਰੀਖਿਆ 'ਚ ਸਭ ਫੇਲ ਹੁੰਦੇ ਗਏ। ਫਿਰ ਇੱਕ ਦਿਨ ਰਾਜਾ ਆਪਣੇ ਮਹਿਲ 'ਚ ਬੈਠਾ ਹੈ, ਕੋਲ ਰਾਣੀ ਬੈਠੀ ਹੈ। ਤਦ ਮੰਤਰੀ ਜੀ ਆਏ। ਮੰਤਰੀ, ਰਾਜਾ 3 ਦਿਨ ਤੋਂ ਇੱਕ ਫਕੀਰ ਬਾਗ 'ਚ ਆ ਕੇ ਬੈਠੇ ਨੇ, ਉਹਨਾਂ ਵਰਗਾ ਪਹਿਲਾਂ ਕੋਈ ਨਹੀਂ ਆਇਆ। ਜਦ ਬਾਗ 'ਚ ਪੈਰ ਰੱਖਣਾ ਤਾਂ ਸੁੱਕੇ ਫੁੱਲ ਵੀ ਹਰੇ ਹੋ ਗਏ, 2 ਆਦਮੀ ਹੋਰ ਵੀ ਨੇ ਨਾਲ। 3 ਦਿਨ ਹੋ ਗਏ, ਅਜੇ ਤੱਕ ਕੁਝ ਨਹੀਂ ਖਾਧਾ, ਬਸ ਚੁੱਪ ਨੇ। ਦਰਸ਼ਨ ਕਰਕੇ ਦਿਲ ਨੂੰ ਠੰਡ ਪੈਂਦੀ ਹੈ। ਚਰਨਾਂ 'ਚ ਮੱਥਾ ਟੇਕਿਆ ਤਾਂ ਵਾਹਿਗੁਰੂ ਵਾਹਿਗੁਰੂ ਹੁੰਦਾ ਦਿਲ 'ਚ। ਕੱਲ੍ਹ ਮੈਂ ਮਹਿਲ ਦੀਆਂ ਸਭ ਤੋਂ ਸੋਹਣੀਆਂ ਦਾਸੀਆਂ ਨੂੰ ਉੱਥੇ ਨੱਚਣ ਲਈ ਭੇਜਿਆ, ਪਰ ਉਹਨਾਂ ਨੇ ਸਾਰਿਆਂ ਨੂੰ ਧੀ ਕਹਿ ਕੇ ਆਸ਼ੀਸ਼ ਦਿੱਤੀ। ਕੋਈ ਅਲੱਗ ਹੀ ਜਾਦੂ ਕਰ ਦਿੰਦੇ ਨੇ, ਦਿਮਾਗ ਸੂਰਤ ਬਦਲ ਕੇ ਰੱਖ ਦਿੰਦੇ ਨੇ। ਰਾਜਾ, ਕੁਝ ਨਾਮ ਪਤਾ ਦੱਸਿਆ? ਮੰਤਰੀ ਨੇ ਕਿਹਾ, ਬਿਲਕੁਲ ਚੁੱਪ ਨੇ। ਅੱਜ ਮੈਂ ਵੀ ਗਿਆ ਸੀ ਦਰਸ਼ਨ ਕਰਨ, ਇੰਨੀ ਸੋਹਣੀ ਮੂਰਤ, ਜ਼ਰੂਰ ਕੋਈ ਮਹਾਨ ਅਵਤਾਰ ਨੇ। ਰਾਜਾ, ਪਰ ਮੰਤਰੀ, ਉਸ ਪਖੰਡੀ ਨੂੰ ਮੱਥਾ ਟੇਕ ਕੇ ਜਿਹੜਾ ਮੇਰਾ ਦਿਲ ਨੂੰ ਦੁੱਖ ਹੋਇਆ, ਡਰ ਲੱਗਦਾ ਹੁਣ ਤਾਂ ਕਿਤੇ ਫਿਰ ਕੋਈ ਫੋਕਾ ਨਾ ਹੋਵੇ ਮੇਰੇ ਨਾਲ। ਮੰਤਰੀ, ਨਹੀਂ ਰਾਜਨ, ਕੱਲ੍ਹ ਰਾਗ ਵਿੱਦਿਆ 'ਚ ਨਿਪੁੰਨ ਸੁੰਦਰੀਆਂ ਗਈਆਂ ਸੀ, ਉਹਨਾਂ ਮੋਹ 'ਚ ਪਾਉਣਾ, ਜਦ ਵਾਪਿਸ ਆਈਆਂ ਤਾਂ ਸਾਰੀਆਂ ਆਖਣ ਲੱਗੀਆਂ ਕਿ ਜ਼ੁਬਾਨ 'ਤੇ ਇੱਕੋ ਨਾਮ ਸੀ, ਵਾਹਿਗੁਰੂ। ਮੈਂ ਪੂਰੇ ਯਕੀਨ ਨਾਲ ਇਹ ਕਹਿ ਸਕਦਾ, ਇਹ ਗੁਰੂ ਨਾਨਕ ਦੇਵ ਜੀ ਹਨ। ਰਾਜਾ ਬਾਗ 'ਚ ਗਿਆ, ਮਹਾਰਾਜ ਗੁਰੂ ਨਾਨਕ ਆਪਣੀ ਜਗ੍ਹਾ 'ਤੇ ਬੈਠੇ ਦੇ। ਦੇਖਦੇ ਹੀ ਰਾਜੇ ਦੇ ਦਿਲ ਨੂੰ ਖਿੱਚ ਪਈ, ਮਹਾਰਾਜ ਦੇ ਚਰਨਾਂ 'ਚ ਡਿੱਗ ਕੇ ਬਹੁਤ ਰੋਇਆ। ਰੋ ਰੋ ਕੇ ਗੁਰੂ ਜੀ ਦੇ ਪਵਿੱਤਰ ਚਰਨ ਆਪਣੇ ਹੰਝੂਆਂ ਨਾਲ ਧੋ ਦਿੱਤੇ। ਗੁਰੂ ਜੀ ਨੇ ਪਿਆਰ ਦਿੱਤਾ ਅਤੇ ਕਿਹਾ, ਰਾਜਾ ਉੱਠ, ਰਾਜਾ ਮਹਿਲ ਚੱਲੋ, ਗੁਰੂ ਨਾਨਕ ਦੇਵ ਜੀ, ਮੈਂ ਤੁਰ ਕੇ ਨਹੀਂ ਜਾਣਾ।
ਰਾਜਾ ਆਪ ਦਾ ਦਿੱਤਾ ਸਭ ਕੁਛ ਹੈ, ਹਾਥੀ ਘੋੜੇ ਪਾਲਕੀ ਹੁਕਮ ਹੋਵੇ ਸੋਹਣੀ ਪਾਲਕੀ ਬੁਲਾਵਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਅਸੀਂ ਸਿਰਫ ਇਨਸਾਨ ਦੀ ਸਵਾਰੀ ਕਰਦੇ ਹਾਂ। ਰਾਜਾ ਮਹਾਰਾਜ ਇਨਸਾਨ ਵੀ ਬਹੁਤ ਨੇ, ਹੁਕਮ ਕਰੋ ਬਸ। ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਸਿਰਫ ਉਹਦੀ ਪਿੱਠ 'ਤੇ ਸਵਾਰ ਕਰਦੇ ਹਾਂ ਜੋ ਰਾਜਾ ਹੋਵੇ। ਰਾਜਾ ਜ਼ਮੀਨ 'ਤੇ ਬੈਠ ਗਿਆ, ਕਹਿੰਦਾ ਮਹਾਰਾਜ ਬੈਠੋ ਮੇਰੀ ਪਿੱਠ 'ਤੇ, ਮੈਂ ਤੁਹਾਨੂੰ ਲੈ ਕੇ ਜਾਵਾਂਗਾ। ਮਹਾਰਾਜ ਉਹਦਾ ਪ੍ਰੇਮ ਦੇਖ ਕੇ ਬਹੁਤ ਖੁਸ਼ ਹੋਏ। ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਲ ਨਹੀਂ ਆਉਣਾ, ਧਰਮਸ਼ਾਲਾ ਬਣਵਾਓ, ਉੱਥੇ ਆਵਾਂਗੇ। ਤਦ ਰਾਜਾ ਨੇ ਇੱਕ ਸ਼ਹਿਰ 'ਚ ਧਰਮਸ਼ਾਲਾ ਬਣਵਾਈ। ਕੁਝ ਵਕਤ ਗੁਰੂ ਜੀ ਉੱਥੇ ਰਹੇ ਅਤੇ ਰਾਜਾ ਸ਼ਿਵ ਨਾਭ ਦਾ ਜਨਮ ਮਰਨ ਘੱਟ ਦਿੱਤਾ। ਬਹੁਤ ਜ਼ਿਆਦਾ ਲੋਕ ਸਿੱਖ ਬਣੇ ਉੱਥੋਂ ਦੇ। ਇਸ ਤਰ੍ਹਾਂ ਗੁਰੂ ਜੀ ਨੇ ਰਾਜਾ ਦੇ ਪ੍ਰੇਮ ਨੂੰ ਠੰਡ ਪਾਈ। ਸਾਨੂੰ ਵੀ ਗੁਰੂ ਨਾਲ ਪ੍ਰੇਮ ਕਰਨਾ ਚਾਹੀਦਾ, ਜੇ ਸਾਡਾ ਪ੍ਰੇਮ ਸੱਚਾ ਹੋਵੇਗਾ ਤਾਂ ਗੁਰੂ ਨਾਨਕ ਜੀ ਸਾਡੀ ਰੀਝ ਜ਼ਰੂਰ ਪੂਰੀ ਕਰਨਗੇ। ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਸਿਰਫ ਲੋੜ ਹੈ ਅਤੇ ਵਿਸ਼ਵਾਸ ਕਰਨ ਦੀ, ਜੋ ਆਪਣੇ ਮਨ ਅੰਦਰ ਅਸੀਂ ਪੈਦਾ ਕਰਨਾ ਹੈ। ਭਗਤੀ ਸਾਰੀ ਵਿਸ਼ਵਾਸ 'ਤੇ ਹੀ ਖੜੀ ਹੈ, ਇਸ ਲਈ ਗੁਰੂ 'ਤੇ ਵਿਸ਼ਵਾਸ ਬਣਾਓ। ਕੁਝ ਵੀ ਇੰਪੋਸੀਬਲ ਨਹੀਂ ਹੈ, ਬਸ ਲੋੜ ਹੈ ਤਾਂ ਇੱਕ ਵਿਸ਼ਵਾਸ ਬਣਾਉਣ ਦੀ। ਸ਼ੱਕ ਨਾ ਕਰਨਾ ਕਿ ਮੇਰਾ ਵਾਹਿਗੁਰੂ ਇਹ ਕਰ ਸਕਦਾ। ਨੀਤ ਸਾਫ਼ ਰੱਖਣਾ ਅਤੇ ਵਿਸ਼ਵਾਸ ਰੱਖਣਾ ਕਿ ਹਾਂ ਇਸ ਤਰ੍ਹਾਂ ਹੋ ਸਕਦਾ। ਵਿਸ਼ਵਾਸ ਆਪਣੇ ਮਤਲਬ ਲਈ ਨਹੀਂ ਰੱਖਣਾ, ਦਿਲ ਤੋਂ ਪ੍ਰੇਮ ਕਰਨਾ ਅਤੇ ਸਭ ਨੂੰ ਇਹੀ ਦੱਸਣਾ ਕਿ ਗੁਰੂ ਸਾਡੇ ਲਈ ਸਮਰੱਥ ਹੈ। ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਵਿੱਚ ਗਏ। ਇਸ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਪਿੰਡ ਵਿੱਚ ਨਾ ਵੜਨ ਦਿੱਤਾ। ਰਾਤ ਦਾ ਵਕਤ ਸੀ, ਗੁਰੂ ਜੀ ਪਿੰਡ ਦੇ ਬਾਹਰ ਆ ਗਏ ਅਤੇ ਇੱਕ ਨਿੱਕਾ ਜਿਹਾ ਘਰ ਸੀ ਕਿਸੇ ਦਾ, ਉਹਦੇ ਘਰ ਵਿੱਚ ਤੁਰ ਪਏ। ਇਹ ਘਰ ਦੇ ਗਰੀਬ ਇੱਕ ਕੋੜੀ ਦਾ ਸੀ, ਉਹਨੂੰ ਕੋੜ ਦਾ ਰੋਗ ਸੀ। ਉਹਦੇ ਵੱਲ ਦੇਖਣ ਨੂੰ ਵੀ ਦਿਲ ਨਹੀਂ ਸੀ ਕਰਦਾ। ਉਹਦੇ ਕੋਲ ਇਨਸਾਨ ਤੋਂ ਦੂਰ ਕੋਈ ਜਾਨਵਰ ਵੀ ਨਹੀਂ ਸੀ ਆਉਂਦਾ, ਸਾਰੇ ਉਸ ਤੋਂ ਡਰਦੇ ਸੀ। ਪਿੰਡ ਵਾਲੇ ਉਹਨੂੰ ਆਪਣੇ ਪਿੰਡ 'ਚ ਨਹੀਂ ਸੀ ਵੜਨ ਦਿੰਦੇ। ਪਿੰਡ ਦੇ ਲੋਕ ਉਹਨੂੰ ਦੇਖ ਕੇ ਪੱਥਰ ਮਾਰਦੇ ਸੀ, ਇਸ ਲਈ ਉਹ ਆਪਣੇ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਹੁੰਦਾ। ਗਰੀਬ ਨਵਾਜ਼ ਗੁਰੂ ਇਸ ਦੁਨੀਆ ਦੇ ਅਰਸ਼ੀ ਮਾਲਕ ਬਾਬਾ ਨਾਨਕ ਜੀ ਨੇ ਰਾਤ ਉਸ ਕੋੜੀ ਦੇ ਘਰ 'ਤੇ ਬੂਹੇ 'ਤੇ ਜਾ ਕੇ ਦਸਤਕ ਦਿੱਤੀ। ਉਸਨੇ ਬੂਹਾ ਖੋਲ੍ਹਿਆ, ਆਪਣੇ ਘਰ ਆਇਆ ਇੱਕ ਸੋਹਣੇ ਇਨਸਾਨ ਨੂੰ ਦੇਖ ਕੇ ਹੈਰਾਨ ਰਹਿ ਗਿਆ। ਬਾਬਾ ਨਾਨਕ ਆਏ ਫਕੀਰ ਰਾਤ ਰਹਿਣ ਦੇ। ਉਹ ਕੋੜੀ ਫਕੀਰ ਬੋਲਿਆ, ਫਕੀਰ ਜੀ ਮੇਰੇ ਕੋਲ ਤਾਂ ਜਾਨਵਰ ਵੀ ਡਰਦੇ ਨੇ, ਪਰ ਅੱਲਾ ਦੀ ਰਹਿਮਤ ਅੱਜ ਬਹੁਤ ਸਾਲ ਬਾਅਦ ਕਿਸੇ ਇਨਸਾਨ ਨੂੰ ਦੇਖਿਆ। ਗੁਰੂ ਜੀ ਰਾਤ ਉਹਦੇ ਘਰ ਰਹੇ, ਮਰਦਾਨਾ ਚੁੱਪ ਕਰਕੇ ਸੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਭਗਤੀ ਕਰਦੇ ਰਹੇ। ਗੁਰੂ ਜੀ ਦੇ ਕੋਲ ਪਏ ਉਸ ਰੋਗੀ ਰਾਤ ਦਰਦ ਨਾਲ ਹਾਏ ਹਾਏ ਕਰਦਾ ਰਿਹਾ ਅਤੇ ਰੋਂਦਾ ਰਿਹਾ। ਸਤਿਗੁਰੂ ਨਾਨਕ ਉਹਦੀ ਇਹ ਦਰਦ ਵਾਲੀ ਆਵਾਜ਼ ਸੁਣੀ ਨਾ ਗਈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਫਕੀਰ ਤੂੰ ਰੋਂਦਾ ਕਿਉਂ ਹੈ? ਫਕੀਰ ਨੇ ਕਿਹਾ, ਮੇਰੇ ਘਰ ਆਉਣ ਵਾਲੇ ਰੱਬ ਦਿਆ ਬੰਦਿਆ, ਰੋਵਾਂ ਨਾ ਤਾਂ ਕੀ ਕਰਾਂ? ਇੱਕ ਤਾਂ ਮੈਂ ਆਪਣੇ ਇਸ ਰੋਗ ਤੋਂ ਬਹੁਤ ਪਰੇਸ਼ਾਨ ਹਾਂ ਅਤੇ ਦੂਜਾ ਮੈਂ ਆਪਣੇ ਉਹ ਵਕਤ ਯਾਦ ਕਰਦਾ ਹਾਂ ਜਦੋਂ ਮੈਂ ਇਸ ਪਿੰਡ ਦਾ ਰਾਜਾ ਸੀ। ਮੈਂ ਇਸ ਪਿੰਡ ਵਾਲੇ ਰਾਹ 'ਤੇ ਲੰਘਦਾ ਹੁੰਦਾ ਤਾਂ ਲੋਕ ਮੈਨੂੰ ਦੇਖ ਕੇ ਸਲਾਮ ਕਰਦੇ ਸੀ, ਅੱਜ ਉਹੀ ਲੋਕ ਮੈਨੂੰ ਦੇਖ ਕੇ ਪੱਥਰ ਮਾਰਦੇ ਨੇ। ਜਦ ਮੈਨੂੰ ਇਹ ਰੋਗ ਲੱਗਾ, ਮੈਨੂੰ ਮੇਰੇ ਘਰਦਿਆਂ ਨੇ ਵੀ ਬਾਹਰ ਕੱਢ ਦਿੱਤਾ, ਮੈਨੂੰ ਇੱਥੇ ਇਕੱਲਾ ਰੋਂਦੇ ਨੂੰ ਛੱਡ ਗਏ। ਮੇਰੇ ਕੋਲ ਕੋਈ ਬੰਦਾ ਵੀ ਨਹੀਂ ਆਉਂਦਾ ਅਤੇ ਮੇਰਾ ਹਾਲ ਵੀ ਨਹੀਂ ਪੁੱਛਦਾ, ਮੈਂ ਇਕੱਲਾ ਹੋਣਾ ਇੱਥੇ ਇੱਕ ਹਿਸਾਬ ਦਾ ਨਰਕ ਦੇ ਬਰਾਬਰ ਹੈ। ਮੈਂ ਇਸ ਲਈ ਰੋਂਦਾ ਹਾਂ ਕਿ ਸ਼ਾਇਦ ਰੱਬ ਮੇਰੇ ਦਿਲ ਦੀ ਸੁਣ ਲਵੇ ਅਤੇ ਮੇਰਾ ਇਹ ਰੋਗ ਠੀਕ ਕਰ ਦੇਵੇ। ਬਾਬਾ ਨਾਨਕ ਜੀ ਕਹਿੰਦੇ, ਜਿਸ ਰੱਬ ਨੂੰ ਤੂੰ ਰੋ ਕੇ ਆਪਣਾ ਹਾਲ ਦੱਸਦਾ ਪਿਆ, ਉਹ ਤਾਂ ਬਿਨਾਂ ਬੋਲੇ ਹੀ ਸਭ ਕੁਝ ਜਾਣ ਜਾਂਦੇ ਨੇ। ਜੇ ਦਿਲ ਵਿੱਚ ਕੋਈ ਅਰਦਾਸ ਹੋਵੇ ਤਾਂ ਰੱਬ ਜ਼ਰੂਰ ਸੁਣਦੇ ਨੇ। ਜ਼ਿਆਦਾ ਰੋਣ ਨਾਲ ਕੁਝ ਨਹੀਂ ਹੋਣਾ, ਜਾਂ ਫਿਰ ਛੇਤੀ ਪੁਕਾਰ ਨਹੀਂ ਪਹੁੰਚ ਜਾਣੀ। ਉਸ ਫਕੀਰ ਨੇ ਕਿਹਾ, ਬਾਬਾ ਜੇ ਮੈਂ ਰੋਵਾਂ ਨਾ ਤਾਂ ਦੱਸ ਕੀ ਕਰਾਂ? ਰੋਣ ਨਾਲ ਮੇਰਾ ਦਿਲ ਹੌਲਾ ਹੋ ਜਾਂਦਾ ਹੈ। ਬਾਬਾ ਜੀ ਨੇ ਕਿਹਾ, ਤੂੰ ਰੋ ਨਾ, ਜ਼ਿਆਦਾ ਰੋਣਾ ਐਵੇਂ ਬੇਕਾਰ ਹੀ ਹੁੰਦਾ। ਫਿਰ ਉਹ ਫਕੀਰ ਨੇ ਕਿਹਾ, ਫਿਰ ਤੁਸੀਂ ਦੱਸ ਦਿਉ ਮੈਂ ਇਸ ਰੋਗ ਤੋਂ ਕਿਵੇਂ ਠੀਕ ਹੋਵਾਂ? ਗੁਰੂ ਨਾਨਕ ਦੇਵ ਜੀ ਨੇ ਕਿਹਾ, ਉਸ ਪਰਮਾਤਮਾ ਨੂੰ ਹਰ ਵਕਤ ਯਾਦ ਕਰ ਜਿਹਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਸੀ, ਜਿਸਨੇ ਤੇਰੇ ਅੰਗ ਅੱਖ ਕੰਨ ਨੱਕ ਬਣਾਏ ਸੀ, ਜਿਸਨੇ ਤੈਨੂੰ ਜ਼ੁਬਾਨ ਦਿੱਤੀ ਸੀ ਮਿੱਠਾ ਬੋਲਣ ਲਈ, ਫਿਰ ਤੈਨੂੰ ਮਿੱਟੀ ਦਾ ਬਣਾ ਕੇ ਉਹਨੇ ਤੈਨੂੰ ਔਰਤ ਦੇ ਗਰਭ 'ਚ 9 ਮਹੀਨੇ ਲਈ ਭੇਜਿਆ। ਔਰਤ ਦੇ ਗਰਭ ਵਿੱਚ ਇੱਕ ਅੱਗ ਹੁੰਦੀ ਹੈ ਜਿਹਨੂੰ ਜਿਸ ਦੇ ਨਾਲ ਉਸ ਪਰਮਾਤਮਾ ਨੇ ਮਿਹਰ ਨਾਲ ਅੱਗ ਨੇ ਤੈਨੂੰ ਕੁਝ ਨਹੀਂ ਕਿਹਾ, ਸਗੋਂ ਅੱਗ ਨਾਲ ਤੇਰਾ ਸਾਰਾ ਸਰੀਰ ਵੱਧਦਾ ਫੁੱਲਦਾ ਰਿਹਾ। ਫਿਰ ਉਸ ਪਰਮਾਤਮਾ ਨੇ ਤੇਰੇ ਸਾਰੇ ਸਰੀਰ ਵਿੱਚ ਹਵਾ ਦਿੱਤੀ ਅਤੇ ਹਵਾ ਨਾਲ ਤੇਰੇ ਸਾਹ ਚੱਲਦੇ ਰਹੇ ਅਤੇ ਫਿਰ ਤੇਰਾ ਜਨਮ ਲੈ ਕੇ ਤੂੰ ਧਰਤੀ 'ਤੇ ਆਇਆ। ਜਦ ਤੂੰ ਧਰਤੀ 'ਤੇ ਆਉਣਾ ਸੀ, ਪਰਮਾਤਮਾ ਤੈਨੂੰ ਇਸਾਨ ਬਣਾਇਆ ਸੀ, ਤਾਂ ਯਾਦ ਕਰ ਪਰਮਾਤਮਾ ਨੇ ਤੈਨੂੰ ਕੀ ਕਿਹਾ ਸੀ
कि मेरा हर जगह मैं हर जगह हाँ ते मैनू हर समय याद रखी। पर जदों तू जन्म लै लिया तू पहला आके अपने माँ प्यो दे मोह च पै गया, फिर इस्त्री दी प्रीत च पै गया ते तू उस परमात्मा नू तां भुल ही गया, उन्हां तू पल्ला छड्ड ही दिता। जेड़े तू पाप करदा रहा ये पाप तेरे ते दाग लगदे रहे अते ये दाग तेरे शरीर ते तेरी रूह नू ही लगदे रहे। तू अपनी जवानी की उम्र च तां गलत काम कीते जिस करके तेनू ये सज़ा मिली है, इस करके तू सारा दिन रोंदा है। यह ते ऐसी तेरे शरीर का हाल, हुण अपनी रूह का भी हाल सुन लै। तू जिहड़े गलत काम कीते सी ओ तेरी रूह नू गंदे दाग लगे ने। जद तू इस दुनिया तो चला जाएगा तेनू किसी ने अपने कोल नहीं बैण देना, तेरे उस पाप करके तेरी रूह भी मैली हो गई है ते दरगाह विच भी तेरे लिए कोई जगह नहीं है, तेनू उत्थों भी धक्के ही पैने ने। ये सुन के वह रोगी अंदर तक कंब गया। अपनी रूह का यह हाल सुन के वह होर भी डर गया ते रोंदा होया बाबा नानक के चरणा च डिग पिया। कहन लगा सोनिया वह वाहिगुरु रब दिया बंदिया मैनू दस हूँ मैं की करा, जेड़े पाप मैं जवानी च किते से मैनू इन्नी वड्डी सज़ा मिलूँ, मैं तो ये खबरसारी ही नहीं सी, जे मैनू पता हुंदा तां मैं कदे भी ना करदा। बाबा नानक जी ने कहा तू रो ना, जिस परमात्मा ने तेनू अपनी गलबात विच दोष दिंदा उहदे घर मेहर वसदी है। उन्हें कहा जेड़े मैं पाप किते आ ओह किस तरह माफ होणगे तां मैं की करा, अपनी रहिंदी उमर अपने पाप धो लवां। बाबा नानक जी ने कहा जी तू सच्ची चाहुंदा है कि तेरे पाप माफ हो जाण तां परमात्मा दा नाम जपया कर। उह कहिंदे किहड़ा नाम जपां, किहड़ा ते कदों ते नाम हुंदा की है। गुरु जी ने कहा तू एक गल दिल च बैठा लै, परमात्मा सदा है, वह सच है, वह अंतरयामी है, तू रब नू अपने दिल च वसा लै। नाम इस तरह जप, परमात्मा दा नाम अपनी जुबान ते बैठा, उहदी याद दिल च वसा, उहदा प्यार दिल च वसा। जद प्यार दिल च वस जावे तां सारे पाप अपने आप ही माफ हो जाणगे। कोल मरदाना बैठा सी, जद फकीर नू पता लगा कि मेरे घर जिहड़े इंसान आए ने ये तां रब दा रूप है, ये तां अल्लाह आए ने उहदे घर, फकीर उच्ची उच्ची धन धन गुरु नानक धन गुरु नानक धन गुरु नानक कहिंदा अपने आप नू भुल गया। गुरु जी ने मेहर करके उहदा कोड़ भी ठीक कर दिता ते दुनिया नू तार दे अगले पिंड चले गए।